ਨਾਮ ਵਾਹਿਗੁਰੂ ਸਾਹਿਬ ਜੀ ਸਾਖਤ ਕੂੜੇ ਸਚ ਨਾ ਭਾਵੈ ਦੁਬਿਦਆ ਬਦਾਈ ਆਵੈ ਜਾਵੈ ਲਿਖਿਆ ਲੇਖ ਨ ਮਿਟੇ ਕੋਈ ਗੁਰਮੁਖ ਮੁਕਤ ਕ੍ਰਾਵਣੀਆਂ ਸਾਖਤ ਕੂੜੇ ਸਾਚਨਾ ਭਾਵੈ ਦੁਬਿਦਾਬਾਦਾ ਆਵੇ ਜਾਵੇ ਲਿਖਿਆ ਲੇਖ ਨ ਮਿਟੈ ਕੋਈ ਗੁਰਮੁਖ ਮੁਕਤਿ ਕ੍ਰਾਵਣਿਆ ਫੇੜੇ ਫਿਰ ਜਾਤੂ ਨਹੀਂ ਝੂਠ ਬਸੁੰਨੀ ਰੋਵੈ ਤਾਹੀ ਅਵਗਣ ਮੁਠੀ ਮਹਿਲ ਨਾ ਪਾਏ ਅਵਗਣ ਗੁਣ ਬਖਸ਼ਾਵਣੀਆਂ ਪੀੜੈ ਜਿਨ ਜਾਤਾ ਪਿਆਰਾ ਗੁਰਮੁਖ ਬੂਜੈ ਤਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸਚੇ ਨਾਮ ਸਮਾਵਣਿਆ ਗੁਰਮੁਖ ਬੂਜੈ ਇਕਾਥਿ ਕਹਾਵੈ ਸਚੇ ਠਾਕੁਰ ਸਾਚੋ ਭਾਵੈ ਨਾਨਕ ਸਚ ਕਹਿ ਬੇਨਤੀ ਸੱਚ ਮਿਲੈ ਗੁਣ ਗਾਵਣਿਆ ਗੁਰਮੁਖ ਬੂਜੈ ਅਕਥ ਕਹਾਵੈ ਸੱਚੇ ਠਾਕੁਰ ਸਾਚੋ ਭਾਵੈ ਨਾਨਕ ਸੱਚ ਕਹਿ ਬਿਨੰਤੀ ਸੱਚ ਮਿਲੈ ਗੁਣ ਗਾਵਣੀਆਂ ਹੋ ਆਹੇ ਗੁਰੂ ਜੀ ਦਾ ਖਾਲਸਾ ਹੋ ਆਹੇ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨੀ ਯੋਗ ਜੁਗ ਜੁਗ ਕਟਾਲ ਚਵ ਰਛਾ ਤਖਤ ਦੇ ਮਾਲਿਕ ਦਇਆ ਸਿੰਦ ਕ੍ਰਿਪਾ ਨਿਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਸਮਾਂ ਕੱਢ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਸੰਕਤੀ ਰੂਪ ਵਿੱਚ ਜੁੜ ਬੈਠ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਔਰ ਅਤ ਕੀਮਤੀ ਸਵਾਸਾਂ ਨੂੰ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ ਲੜੀਵਾਰ ਚੱਲ ਰਹੀ ਪਾਵਨ ਗੁਰ ਸ਼ਬਦ ਵਿਚਾਰ ਦੇ ਤਹਿਤ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਅਸ਼ਟਪਦੀਆਂ ਦੇ ਸਰਲੇਖ ਹੇਠ ਇਹ ਪਹਿਲਾ ਸ਼ਬਦ ਇਸ ਪਹਿਲੇ ਸ਼ਬਦ ਦੇ ਪਹਿਲੀ ਅਸ਼ਟਪਦੀ ਦੇ ਚੌਂ ਪਦਿਆਂ ਦਾ ਆਖਰੀ ਪਦਿਆਂ ਦਾ ਪਾਠ ਸਰਵਣ ਕੀਤਾ ਹੈ। ਔਰ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਪਰਮਾਰਥ ਦੇ ਰਸਤੇ ਤੇ ਅਧਿਆਤਮ ਦੇ ਰਸਤੇ ਉੱਤੇ ਤੁਰਨ ਵਾਲੇ ਸੰਸਾਰੀ ਉਹਨਾਂ ਜਗਿਆਸੂਆਂ ਨੂੰ ਸਾਨੂੰ ਸਾਰਿਆਂ ਨੂੰ ਇਹ ਉਪਦੇਸ਼ ਦੇ ਰਹੇ ਹਨ ਕਿ ਰੱਬ ਦੇ ਮਾਰਗ ਤੇ ਤੁਰਨ ਵਾਲਿਆਂ ਦੀ ਰੁਕਾਵਟ ਕੀ ਹੈ ਔਰ ਕਿਵੇਂ ਇਸ ਰੁਕਾਵਟ ਤੋਂ ਕਿਵੇਂ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ ਕਿਵੇਂ ਇਸ ਸੰਸਾਰ ਵਿੱਚ ਇਹ ਜੀਵ ਆਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਪਏ ਹੋਏ ਵਿਛੋੜੇ ਤੋਂ ਨਿਵਰਤੀ ਮਿਲ ਸਕਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਸਤਾ ਦੱਸ ਰਹੇ ਹਨ ਕਾਰਨ ਵੀ ਦੱਸ ਰਹੇ ਹਨ ਬੈਦ ਉਹ ਯੋ ਹੈ ਜਿਹੜਾ ਰੋਗ ਵੀ ਦੱਸੇ ਤੇ ਇਲਾਜ ਵੀ ਦੱਸੇ ਕਿੰਨਿਆਂ ਦੇ ਪਕੜ ਵਿੱਚ ਰੋਗ ਹੈ ਪਰ ਉਸ ਦਾ ਇਲਾਜ ਨਹੀਂ ਗੁਰੂ ਇੱਕ ਐਸਾ ਬੈਦ ਹੈ ਜਿਹੜਾ ਸਾਡਾ ਰੋਗ ਵੀ ਦੱਸਦੇ ਹਨ ਤੇ ਉਹਦਾ ਇਲਾਜ ਵੀ ਦੱਸਦੇ ਹਾਂ ਉਹ ਕਿਸੇ ਦੀ ਵਦ ਕਿਸਮਤੀ ਹੈ ਕਿ ਉਹ ਰੋਗ ਪੁੱਛ ਕੇ ਮੁੜ ਜਾਏ ਜਦ ਗੁਰੂ ਵੈਦ ਕੋਲੋਂ دارو ਲੈ ਕੇ ਚਲਾ ਜਾਏ ਤੇ ਦਵਾਈ ਲਿਜਾ ਕੇ ਘਰ ਰੱਖਦੇ ਸਹੀ ਰੂਪ ਵਿੱਚ ਦੱਸੇ ਹੋਏ ਸੰਜਮ ਦੇ ਮੁਤਾਬਕ ਉਸ ਦਵਾਈ ਦੀ ਵਰਤੋਂ ਨਾ ਕਰੇ ਤਾਂ ਉਸ ਜੀਵ ਦੀ ਬਦ ਕਿਸਮਤੀ ਹੈ ਪਰ ਗੁਰੂ ਰੋਗ ਵੀ ਦੱਸਦਾ ਹੈ ਤੇ ਉਸ ਰੋਗ ਦਾ ਇਲਾਜ ਵੀ ਦੱਸ ਦਿਆ ਆਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜੇ ਹਾਂ ਇੱਕ ਵਾਰ ਆਪੋ ਆਪਣੀ ਹਾਜ਼ਰੀ ਲਾਈਏ ਮਨੋਵਿਰਤੀ ਇਕਾਗਰ ਕਰਕੇ ਦੋਵੇਂ ਹੱਥ ਜੋੜ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਭ ਧਾਨ ਇਕਾਗਰ ਜੀਤ ਇਕਾਗਰ ਚਿਤ ਹੋ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਪਿਆਰ ਨਾਲ ਪਹਿਲੀਆਂ ਪੰਕਤੀਆਂ ਸਰਵਣ ਕਰੋ ਜੀ ਵਾਹਿ ਗੁਰੂ ਸਾਹਿਬ ਜੀ ਸਾਖਤ ਕੁੜੇ ਸੱਚ ਨਾ ਭਾਵੈ ਦੁਬਿਦਾ ਬਾਦਾ ਆਵੈ ਜਾਵੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰ ਜੀ ਨੇ ਬਚਨ ਕਿਹਾ ਸਾਕਤ ਕੂੜੇ ਸਚ ਨਾ ਭਾਵੈ ਦੁਬਿਨਾ ਬਦ ਦਾ ਆਵੇ ਜਾਵੇ ਸੂਰਜ ਜਦੋਂ ਅਸਮਾਨ ਵਿੱਚ ਚਮਕਦਾ ਹੈ ਤਾਂ ਉਸ ਦੀ ਰੋਸ਼ਨੀ ਜਿਹੜੀ ਹੈ ਉਹ ਧਰਤੀ ਦੀ ਸਤ੍ਹਾ ਨੂੰ ਛੂੰਦੀ ਹੈ ਚੰਦਰਮਾ ਜਦੋਂ ਰਾਤ ਦੇ ਹਨੇਰੇ ਵਿੱਚ ਅਸਮਾਨ ਵਿੱਚ ਉੱਗਦਾ ਤਾਂ ਉਹਦੇ ਚਾਨਣ ਦੀਆਂ ਕਿਰਨਾਂ ਜਿਹੜੀਆਂ ਹਨ ਉਹ ਧਰਤੀ ਉੱਤੇ ਚਾਨਣ ਪੈਦਾ ਕਰਦੀਆਂ ਸੂਰਜ ਦਾ ਕੰਮ ਰੋਸ਼ਨੀ ਦੇਣਾ ਹੈ ਚੰਦਰਮੇ ਦਾ ਕੰਮ ਧਰਤੀ ਉੱਤੇ ਹਨੇਰੇ ਵਿੱਚ ਚਾਨਣ ਪੈਦਾ ਕਰਨਾ ਹੈ ਪਰ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਚੰਦਰਮ ਅਸਮਾਨ ਵਿੱਚ ਉੱਗਿਆ ਹੈ ਚੰਦਰਮ ਅਸਮਾਨ ਵਿੱਚ ਚਮਕ ਰਿਹਾ ਹੈ ਪਰ ਉਹਦੀ ਰੋਸ਼ਨੀ ਧਰਤੀ ਉੱਤੇ ਨਹੀਂ ਆਉਂਦੀ ਕਿਉਂ ਉਸ ਚੰਦਰਮੇ ਤੇ ਧਰਤੀ ਦੇ ਵਿਚਕਾਰ ਕਈ ਵਾਰ ਬੱਦਲ ਆ ਜਾਂਦੇ ਹਨ ਤੇ ਉਹ ਚੰਦਰਮੇ ਦੀ ਰੋਸ਼ਨੀ ਨੂੰ ਧਰਤੀ ਤੇ ਪਹੁੰਚਣ ਤੋਂ ਰੋਕ ਲੈਂਦੇ ਹਨ ਹੁਣ ਉਹਦੇ ਵਿੱਚ ਚੰਦਰਮੇ ਦਾ ਦੋਸ਼ ਨਹੀਂ ਹੈ ਉਹਨੇ ਆਪਣੀ ਰੋਸ਼ਨੀ ਬੰਦ ਨਹੀਂ ਕੀਤੀ ਉਹਦਾ ਚਾਨਣ ਪ੍ਰੋਪਰ ਲਗਾਤਾਰ ਕੰਟੀਨਿਊਸ ਧਰਤੀ ਤੇ ਪੈ ਰਿਹਾ ਇੱਕ ਦੁਖਾਂਤ ਹੈ ਕਿ ਧਰਤੀ ਔਰ ਚੰ드ਰਮੇ ਦੇ ਵਿਚਕਾਰ ਕੁਝ ਬੱਦਲਾਂ ਦੀ ਸਤ੍ਹਾ ਆ ਗਈ ਇਸ ਲਈ ਧਰਤੀ ਉੱਤੇ ਉਹ ਚਾਨਣ ਨਹੀਂ ਪੈਗਾ ਸੂਰਜ ਦਾ ਦੋਸ਼ ਨਹੀਂ ਜੇ ਉਹ ਤੁਪ ਉਹ ਸੂਰਜ ਦੀਆਂ ਕਿਰਨਾਂ ਧਰਤੀ ਤੇ ਨਹੀਂ ਪੈ ਰਹੀਆਂ ਇਟ ਮੀਨਸ ਉਹਦੇ ਵਿਚਕਾਰ ਜਿਹੜਾ ਬੱਦਲ ਹੈ ਉਹ ਧਰਤੀ ਤੇ ਸੂਰਜ ਦੇ ਵਿਚਕਾਰ ਰੁਕਾਵਟ ਪੈਦਾ ਕਰਦਾ ਹੈ ਵੈਨ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਕਰਤੇ ਪੁਰਖ ਨੇ ਕਿਸੇ ਨੂੰ ਸਾਖਤ ਧਰਤੀ ਤੇ ਪੈਦਾ ਨਹੀਂ ਕੀਤਾ ਮਨਮੁਖ ਪੈਦਾ ਨਹੀਂ ਕੀਤਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਮਹਾਰਮਨ ਤੋਂ ਦੀ ਨਦਰ ਉਹਦਾ ਹੁਕਮ ਉਹਦਾ ਸ਼ਬਦ ਇਸ ਧਰਤੀ ਉੱਤੇ ਲਗਾਤਾਰ ਇੱਕ ਰਸ ਅਠੇ ਪਹਿਰ 24 ਘੰਟੇ ਕੰਟੀਨਿਊਸ ਵਰਤ ਰਿਹਾ ਪਰ ਜੇ ਉਹ ਕਿਰਪਾ ਦਾ ਕੋਈ ਪਾਤਰ ਨਹੀਂ ਬਣ ਰਿਹਾ ਇਹਦਾ ਮਤਲਬ ਪਰਮਾਤਮਾ ਤੇ ਆਤਮਾ ਦੇ ਵਿਚਕਾਰ ਕੋਈ ਚੀਜ਼ ਹੈ ਜਿਹਦੇ ਕਾਰਨ ਪਰਮਾਤਮਾ ਦੀ ਸਿੱਧੀ ਬਖਸ਼ਿਸ਼ ਦੀ ਕਿਰਨ ਆਤਮਾ ਤੇ ਨਹੀਂ ਪਹੁੰਚ ਰਹੀ ਆਤਮਾ ਨੂੰ ਸਰੀਰ ਮਿਲਿਆ ਸੀ ਇੱਕ ਸਾਧਨ ਮਿਲਿਆ ਸੀ ਇਸ ਸਾਧਨ ਦੇ ਰਾਹੀਂ ਆਤਮਾ ਪਰਮਾਤਮਾ ਵਿੱਚ ਸਮਾ ਸਕਦੀ ਸੀ ਪਰ ਕੋਈ ਚੀਜ਼ ਵਿੱਚ ਆ ਗਈ ਜਿਹਦੇ ਕਰਕੇ ਸੰਪਰਕ ਨਹੀਂ ਹੋ ਰਿਹਾ ਹੁਣ ਇਹ ਨਹੀਂ ਹੋ ਸਕਦਾ ਕਿ ਪਰਮਾਤਮਾ ਉਹਦੇ ਵਿੱਚੋਂ ਅਲੋਪ ਹੋ ਗਿਆ ਮਾਫ ਕਰਿਓ ਕੋਈ ਕਿੰਨਾ ਵੀ ਬੰਦਾ ਮਨਮੁਖ ਹੋਵੇ ਸਾਕਤ ਹੋਵੇ ਪਾਪੀ ਹੋਵੇ ਚੋਰ ਹੋਵੇ ਕਿੰਨੇ ਵੀ ਔਗਣਾ ਨਾਲ ਭਰਿਆ ਹੋਵੇ ਉਹ ਰੱਬ ਤੋਂ ਵੱਖ ਨਹੀਂ ਹੋ ਸਕੇਗਾ ਰੱਬ ਉਹਦੇ ਵਿੱਚ ਹੀ ਰਹੇਗਾ ਉਹ ਰੱਬ ਦਾ ਹਿੱਸਾ ਰਹੇਗਾ ਇਹ ਨਹੀਂ ਕਿ ਉਹ ਰੱਬ ਤੋਂ ਵੱਖ ਹੋ ਗਿਆ ਉਹਦੇ ਵਿੱਚ ਰੱਬ ਨਹੀਂ ਹੈ ਨਹੀਂ ਕੋਈ ਕਿੰਨਾ ਵੀ ਪਾਪੀ ਹੋ ਜਾਏ ਉਹ ਪਰਮਾਤਮਾ ਦਾ ਹਿੱਸਾ ਰਹੇਗਾ ਪਰਮਾਤਮਾ ਤੋਂ ਅਲੱਗ ਨਹੀਂ ਹੋ ਸਕੇਗਾ हां ओ वखरी गल है जिमे सूरज ते धरती दे ਵਿਚਕਾਰ कुछ बद्दल कुछ समय ले आए ते ਧੁੱਪ ਧਰਤੀ ਤੇ ਪੈਣਾ ਹਟ ਗਈ ਇਸ ਤਰ੍ਹਾਂ ਪਰਮਾਤਮਾ ਦਾ ਪ੍ਰਕਾਸ਼ ਆਤਮਾ ਤੇ ਪੈਣਾ ਬੰਦ ਹੋ ਜਾਂਦਾ ਕਿਉਂਕਿ ਵਿਚਕਾਰ ਕੋਈ ਚੀਜ਼ ਮਨ ਦੇ ਫੁਰਨੇ ਸੰਕਲਪ ਸੰਸਾਰ ਦਾ ਮੋਹ ਜਾਗ ਪੈਂਦਾ ਜਿਹਦੇ ਕਰਕੇ ਪਰਮਾਤਮਾ ਦੀ ਬਖਸ਼ਿਸ਼ ਆਤਮਾ ਤੇ ਨਹੀਂ ਪੈਂਦੀ ਇਹਨੂੰ ਇੱਕ ਵਿਦਵਾਨ ਨੇ ਬੜੀ ਪਿਆਰੀ ਐਗਜ਼ੈਂਪਲ ਦਿੱਤੀ ਉਹ ਕਹਿੰਦਾ ਦੁਨੀਆ ਮੇ ਕੁਝ ਐਸੇ ਵੀ ਕਮਲ ਹੁੰਦੇ ਹਨ ਜੋ ਖਿਲਤੇ ਨਹੀਂ ਵਕਤ ਉਜਲ ਹੁੰਦੇ ਹਨ ਜਿੰਨੇ ਵੀ ਧਰਤੀ ਉੱਤੇ ਰੱਬ ਨੇ ਫੁੱਲ ਪੈਦਾ ਕੀਤੇ ਉਹਨਾਂ ਵਿੱਚ ਖਿੜਨ ਦੀ ਸਮਰੱਥਾ ਹੈ ਉਹ ਬੀਜ ਤੈੋਂ ਫੁੱਲ ਬਣਿਆ ਕਿਉਂਕਿ ਉਹਦੇ ਵਿੱਚ ਉਹ ਪੂਰੀ ਤਾਕਤ ਪੂਰੀ ਸ਼ਕਤੀ ਹੈ ਜਿਹੜੀ ਕਿਸੇ ਖਿੜੇ ਹੋਏ ਫੁੱਲ ਤੋਂ ਪੈਦਾ ਹੋਏ ਬੀਜ ਵਿੱਚ ਹੈ ਕਿਉਂਕਿ ਬੀਜ ਖਿੜੇ ਹੋਏ ਫੁੱਲ ਤੋਂ ਪੈਦਾ ਹੁੰਦਾ ਹੈ ਨਹੀਂ ਤੇ ਉਹ ਬੀਜ ਬੀਜ ਨਹੀਂ ਬਣੇਗਾ ਜੇ ਫੁੱਲ ਨਾ ਖਿੜੇ ਫੁੱਲ ਪੱਕ ਜਾਏ ਫੁੱਲ ਖਿੜ ਕੇ ਫਲਵਲ ਦੇ ਪਾਸੇ ਤੁਰਦੇ ਤਦੋਂ ਉਹਦੇ ਵਿੱਚ ਬੀਜ ਪੈਦਾ ਹੁੰਦਾ ਹੈ ਉਹੀ ਬੀਜ ਵਿੱਚ ਇੱਕ ਦੁਆਰਾ ਹੋਰ ਬੂਟਾ ਪੈਦਾ ਕਰਨ ਦੀ ਤਾਕਤ ਹੈ ਪਰ ਵੱਖਰੀ ਗੱਲ ਅਨੇਕਾਂ ਫੁੱਲ ਧਰਤੀ ਉੱਤੇ ਖਿੜਦੇ ਨਹੀਂ ਪੁੱਛਿਆ ਕਮਲ ਦਾ ਫੁੱਲ ਸੂਰਜ ਦੀਆਂ ਕਿੰਨਾਂ ਨਾਲ ਸਿੱਧਿਆਂ ਖਿੜਦਾ ਫਿਰ ਜਿਹੜੇ ਕਮਲ ਦੇ ਫੁੱਲ ਨਹੀਂ ਖਿੜਦੇ ਸੂਰਜ ਦਾ ਦੋਸ਼ ਹੈ ਕਲਗ ਨਹੀਂ ਸੂਰਜ ਤੇ ਰੋਜ ਚਮਕਦਾ ਸੂਰਜ ਦੀਆਂ ਕਿਰਨਾਂ ਤੇ ਹਰ ਰੋਜ ਕਵਲ ਦੇ ਫੁੱਲ ਨੂੰ ਖਿੜਾਓ ਵਿੱਚ ਲਿਆਉਂਦੀਆਂ ਨੇ ਫਿਰ ਜੇ ਕੋਈ ਕਵਲ ਦਾ ਫੁੱਲ ਖਿੜਿਆ ਨਹੀਂ ਉਹਦਾ ਇੱਕੋ ਹੀ ਕਾਰਨ ਹੈ ਉਹ ਕਿਸੇ ਨਾ ਕਿਸੇ ਦਰਖਤ ਦੀ ਛਾਂ ਵਿੱਚ ਆ ਗਿਆ ਸੂਰਜ ਚੜ੍ਹਦਾ ਹੈ ਪਰ ਉਹ ਛਾਂ ਦਰਖਤ ਦੀ ਉਹ ਸੂਰਜ ਦੀਆਂ ਕਿਰਨਾਂ ਫੁੱਲ ਤੇ ਪੈਣ ਨਹੀਂ ਦਿੰਦੀਆਂ ਇਸ ਲਈ ਉਹ ਫੁੱਲ ਵਿੱਚ ਖਿੜਾਓ ਸ਼ਕਤੀ ਪੈਦਾ ਨਹੀਂ ਹੁੰਦੀ ਦੁਨੀਆ ਦੇ ਲੋਗੋ ਪਰਮਾਤਮਾ ਸਾਰਿਆਂ ਦੇ ਅੰਦਰ ਵਸਦਾ ਹੈ ਪਰ ਕਿਸੇ ਦੇ ਅੰਦਰ ਉਹ ਕੰਮ ਕਰਨਾ ਬੰਦ ਕਰ ਜਾਂਦਾ ਹੈ ਕਿਸੇ ਦੇ ਅੰਦਰ ਉਹ ਆਪਣੀ ਬਖਸ਼ਿਸ਼ ਵਰਤੌਣੀ ਰੋਕ ਦਿੰਦਾ ਹੈ ਉਹਦੇ ਵਿੱਚ ਰੱਬ ਦਾ ਦੋਸ਼ ਨਹੀਂ ਕੁਝ ਵਿੱਚ ਮਨ ਦੇ ਮਾਨਸਿਕ ਫੁਰਨੇ ਸੰਸਾਰ ਦਾ ਮੋਹ ਜਾਕ ਪੈਂਦਾ ਹੈ ਜਿਹਦੇ ਕਰਕੇ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਰੁਕਾਵਟ ਰਹਿੰਦੀ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਡਾਇਰੈਕਟ ਰੂਪ ਵਿੱਚ ਹਮੇ ਕਿਹਾ ਹੈ ਔਰ ਉਹਨੂੰ ਮਹਾਰਾਜ ਜੀ ਨੇ ਬਹੁਤ ਬਰੀਕ ਪਰਦਾ ਦੱਸਿਆ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਜਿਹੜੀ ਰੁਕਾਵਟ ਪੈਦਾ ਹੁੰਦੀ ਉਹ ਪੰਬੀਰੀ ਕੋਪਾਤ ਪਰਦੋ ਬਿਨ ਪੇਖੇ ਦੂਰ ਆਇਓ ਆਤਮਾ ਪਰਮਾਤਮਾ ਨੂੰ ਵੇਖ ਨਹੀਂ ਸਕਦੀ ਬੜਾ ਦੂਰ ਲੱਗਦਾ ਔਰ ਵਿੱਚ ਫਰਕ ਕੀ ਹੈ ਬਿਲਕੁਲ ਪੰਬੀਰੀ ਜਿਹਨੂੰ ਤੁਸੀਂ ਤਿਤਲੀ ਕਹਿੰਦੇ ਹੋ ਉਹਦੇ ਖੰਭ ਵਰਗਾ ਪਰਦਾ ਉਹ ਮੋਹ ਹੈ ਅਹੰਕਾਰ ਹੈ ਹਮ ਹੈ ਦੁਬਦਾ ਹੈ ਅੱਜ ਸਤਿਗੁਰ ਦੀ ਬਚਨ ਕਹਿੰਦੇ ਸਾਕਤ ਕੂੜੇ ਸੱਚ ਨਾ ਭਾਵੈ ਸਾਕਤ ਇੰਨਾ ਸੁੱਕ ਜਾਂਦਾ ਹੈ ਇੰਨਾ ਸਖਤ ਹੋ ਜਾਂਦਾ ਹੈ ਸੰਸਾਰ ਦੇ ਮੋਹ ਵਿੱਚ ਲੋਭ ਵਿੱਚ ਅਹੰਕਾਰ ਵਿੱਚ ਉਹ ਕੂੜ ਵਿੱਚ ਬਿਲਕੁਲ ਲਵਰੇਜ਼ ਹੋ ਜਾਂਦਾ ਹੈ ਇਸ ਲਈ ਉਹਨੂੰ ਸੱਚ ਨਾ ਭਾਵੈ ਦਾ ਅਰਥ ਸੱਚ ਉਹਦੇ ਅੰਦਰ ਹੁੰਦਾ ਹੈ ਪਰਮਾਤਮਾ ਉਹਦੇ ਅੰਦਰ ਹੈ ਉਹ ਰੱਬ ਦਾ ਹਿੱਸਾ ਰਹੇਗਾ ਪਰ ਪਰਮਾਤਮਾ ਦੀ ਜੋਤ ਉਹਨੂੰ ਅੰਦਰੋਂ ਦਿਸੇਗੀ ਨਹੀਂ ਕਿਉਂਕਿ ਉਹ ਬਿਲਕੁਲ ਸੁੱਕ ਗਿਆ ਹੈ ਉਹਦੇ ਤੇ ਵਿੱਚ ਪਰਮਾਤਮਾ ਦੇ ਵਿਚਾਰ ਇੱਕ ਕੂੜ ਦੀ ਕੰਧ ਪੈਦਾ ਹੋ ਗਈ ਅੱਜ ਮਹਾਰਾਜ ਨੇ ਕਿਹਾ ਕੂੜੇ ਤੇ ਜਪਜੀ ਸਾਹਿਬ ਅੰਦਰ ਜਵਾਬ ਦੇਣਗੇ ਕਿਬ ਕੂੜੇ ਟੁੱਟੇ ਪਾਲ ਵਾਲਾ ਕੁਐਸਚਨ ਕਰਕੇ ਕਿਵੇਂ ਉਹ ਕੂੜ ਖਤਮ ਹੋਵੇ ਇਹ ਬੰਦਾ ਸਾਕਤ ਨਾ ਰਹੇ ਇਹ ਸੰਮੁਖ ਹੋ ਜਾਏ ਕਿਸ ਦੇ ਇਦੀ ਆਤਮਾ ਪਰਮਾਤਮਾ ਦੇ ਸਨਮੁਖ ਹੋ ਜਾਏ ਸਾਹਮਣੇ ਹੋ ਜਾਏ ਮਹਾਰਾਜ ਜੀ ਕਹਿੰਦੇ ਨੇ ਹੁਣ ਆਤਮ ਤੇ ਪਰਮਾਤਮ ਦੇ ਵਿਚਕਾਰ ਕੂੜ ਆ ਗਿਆ ਇਸ ਲਈ ਉਹ ਬੰਦਾ ਸੱਕਤ ਰਹਾ ਔਰ ਸਭ ਤੋਂ ਵੱਡੀ ਉਹਦੇ ਅੰਦਰ ਇੱਕ ਰੁਕਾਵਟ ਪੈਦਾ ਹੋਈ ਉਹ ਸੀ ਦੁਬੇ ਦਾ ਵਾਦਾ ਆਵੇ ਜਾਵੇ ਫਿਰ ਕਹਾਣੀ ਬਹੁਤ ਲੰਬੀ ਹੋ ਗਈ ਕੂੜ ਨਾ ਟੁੱਟਿਆ ਸੰਸਾਰ ਦੇ ਫੁਰਨੇ ਨਾ ਮੁੱਕੇ ਮਨੁੱਖ ਦੇ ਅੰਦਰੋਂ ਸੰਸਾਰ ਦਾ ਮੋਹ ਖਤਮ ਨਾ ਹੋਇਆ ਇੱਕ ਚੀਜ਼ ਬੜੇ ਵੱਡੇ ਰੂਪ ਵਿੱਚ ਪੈਦਾ ਹੋਈ ਦੁਬਦਾ ਜਿਹਦੇ ਕਾਰਨ ਇਸ ਸੰਸਾਰ ਵਿੱਚ बार-ਬਾਰ ਉਸ ਆਤਮਾ ਨੂੰ ਆਉਣਾ ਪਿਆ ਕਈ ਜਨਮ ਧਾਰਨ ਕਰਨੇ ਪਏ ਦੁਬਦਾ ਦੇ ਕਾਰਨ बार-ਬਾਰ ਪੈਦਾ ਹੁੰਦਾ ਰਿਹਾ ਜਿੰਨੀ ਦਿਰ ਦੁਬਦਾ ਨਹੀਂ ਮਿਟੇਗੀ ਉੰਨੀ ਦਿਰ ਆਤਮਾ ਤੇ ਪਰਮਾਤਮਾ ਦਾ ਮਲਾਪ ਨਹੀਂ ਹੋਏਗਾ ਇਹਨੂੰ ਥੋੜਾ ਜਿਹਾ ਵਰੀਕ ਪਿਆਰ ਨਾਲ ਸਮਝਿਓ ਇਹ ਸਬਜੈਕਟ ਬੜਾ ਬਰੀਕ ਹੈ ਔਰ ਬੜਾ ਲੰਬਾ ਸਮਾਂ ਮੰਗਦਾ ਹੈ ਇਹ ਚੀਜ਼। ਦੁਬਧਾ ਕੀ ਹੈ? ਸੋਖੇ ਸ਼ਬਦਾਂ ਵਿੱਚ ਮੈਂ ਤੁਹਾਡੇ ਸਮਖਿਂ ਰੱਖਣਾ ਹੈ ਸੰਸਾਰ ਦਾ ਇੱਕ ਨਿਯਮ ਹੈ, ਸਿਧਾਂਤ ਹੈ ਔਰ ਜੁਗੋ ਜੁਗ ਅਟਲ ਰਹਿਣਾ ਹੈ ਕਿਉਂਕਿ ਕਰਤੇ ਪੁਰਖ ਨੇ ਬਣਾਇਆ। ਉਹ ਸਿਧਾਂਤ ਕੀ ਹੈ ਕਿ ਕੋਈ ਵੀ ਚੀਜ਼ ਰੁਕਦੀ ਨਹੀਂ। ਹਰ ਪਲ ਹਰ ਸਮੇ 24 ਘੰਟੇ 8 ਪਹਿਰ 60 ਘੜੀਆਂ ਕੰਟੀਨਿਊਸ ਚਲਦੀ ਰਹਿੰਦੀ ਹੈ ਉਹਦੇ ਵਿੱਚ ਰੁਕਾਵਟ ਨਹੀਂ ਰੋਕ ਨਹੀਂ ਔਰ ਉਹ ਲਗਾਤਾਰ ਇੱਕ ਰਸ ਸੰਸਾਰ ਦੇ ਨਿਯਮ ਵਿੱਚ ਤੁਰਦੀ ਰਹਿੰਦੀ ਹੈ ਜਿਵੇਂ ਇਹ ਦੀਵਾਰ ਤੇ ਲੱਗਾ ਹੋਇਆ ਟਾਈਮ ਪੀਸ ਕਲੌਕ ਜਿਹੜਾ ਹੈ ਉਹਦੀ ਸੈਕਿੰਡ ਵਾਲੀ ਜਿਹੜੀ ਸੋਈ ਹੈ ਸਕਿੰਟਾਂ ਵਾਲੀ ਕੰਟੀਨਿਊਸ ਚਲਦੀ ਹੈ ਮਿੰਟ ਵਾਲੀ ਤੁਹਾਨੂੰ ਕੋਈ ਸਮੇਂ ਲਈ ਲੱਗਦਾ ਕਿ ਰੁਕੀ ਹੋਈ ਹੈ ਪਰ ਉਹ ਵੀ ਰੁਕ ਨਹੀਂ ਰਹੀ ਉਹ ਜਿਵੇਂ ਜਿਵੇਂ ਇੱਕ ਸਕਿੰਟ ਵਾਲੀ ਤੁਰਦੀ ਹੈ ਚੱਕਰ ਪੂਰਾ ਹੁੰਦਾ ਹੈ ਮਿੰਟ ਵੀ ਹਿਲਦੇ ਨੇ ਘੰਟਿਆਂ ਵਾਲੀ ਸੋਈ ਵੀ ਹਿਲਦੀ ਹੈ ਐਦਾਂ ਕਰਤੇ ਪੁਰਖ ਦਾ ਇੱਕ ਨਿਯਮ ਹੈ ਜਿਹੜਾ ਜੁਗੋ ਜੁਗ ਅਟੱਲ ਪੱਕਾ ਨਿਯਮ ਹੈ ਉਹਦੇ ਵਿੱਚ ਹਰ ਚੀਜ਼ ਜੋ ਧਰਤੀ ਉੱਤੇ ਪੈਦਾ ਹੋਈ ਲਗਾਤਾਰ ਚੱਲ ਰਹੀ ਹੈ ਰੁਕ ਨਹੀਂ ਰਹੀ ਆਪਣੇ ਆਪ ਤੇ ਵੇਖਿਓ ਆਪਾਂ ਸਰੀਰ ਕਰਕੇ ਸੌਂ ਜਾਂਦੇ ਪਰ ਇੱਕ ਚੀਜ਼ ਅੰਦਰ ਸਵਾਸ ਨੇ ਜਿਹੜੇ ਰੱਬ ਨੇ ਪਾਏ ਨੇ ਉਹ ਲਗਾਤਾਰ ਚੱਲ ਰਹੇ ਨੇ ਹੁਣ ਮਨੁੱਖ ਵਿੱਚ ਤੇ ਪਰਮਾਤਮਾ ਵਿੱਚ ਦੁਬਦਾ ਕਿੱਥੇ ਪੈਦਾ ਹੁੰਦੀ ਹੈ ਰੁਕਾਵਟ ਕੀ ਹੈ ਰੁਕਾਵਟ ਇਹ ਹੈ ਕਿ ਕਰਤੇ ਪੁਰਖ ਦੇ ਨਿਯਮ ਵਿੱਚ ਸਭ ਕੁਝ ਚੱਲ ਰਿਹਾ ਹੈ ਮਨੁੱਖ ਉਹਨੂੰ ਰੋਕਣਾ ਚਾਹੁੰਦਾ ਇਹੋ ਦੁਬਦੇ ਇਹ ਰੁਕਣਾ ਚਾਹੁੰਦਾ ਹੈ ਪਰ ਰੁਕ ਨਹੀਂ ਰਹਾ ਇਹ ਰੁਕਣ ਦੇ ਲਖ ਯਤਨ ਕਰਦਾ ਬੰਦੇ ਤੋਂ ਉਹ ਰੁਕਦਾ ਨਹੀਂ ਵਾਸੇ ਦੇ ਯਤਨਾਂ ਤੇ ਉਸ ਕਰਤੇ ਪੁਰਖ ਦੇ ਸਿਧਾਂਤ ਵਿੱਚ ਇਹੋ ਇੱਕ ਖੜੋਤ ਆਉਂਦੀ ਮਨੁੱਖ ਰੁਕਣਾ ਚਾਹੁੰਦਾ ਹੈ ਰੱਬ ਇੱਕ ਲਗਾਤਾਰ ਉਹਦਾ ਨਿਯਮ ਹੈ ਉਹਦਾ ਪੈਦਾ ਕੀਤਾ ਹੋਇਆ ਕੋਈ ਵੀ ਚੀਜ਼ ਰੁਕੇਗੀ ਨਹੀਂ ਇੱਥੇ ਆ ਕੇ ਪੂਰਾ ਜੀਵਨ ਦੁਬਧਾ ਵਿੱਚ ਲੱਗ ਜਾਂਦਾ ਹੈ ਰੱਬ ਨਹੀਂ ਮਿਲਦਾ ਇਹ ਰੁਕਣਾ ਚਾਹੁੰਦਾ ਸਹਿਬ ਨੇ ਕਿਹਾ ਉਹਨੂੰ ਮਿਲਣਾ ਕੋਈ ਔਖਾ ਨਹੀਂ ਆਪਣੇ ਮਨ ਦੀ ਮਰਜ਼ੀ ਛੱਡਦਿਆਂ ਸਾਰ ਉਹ ਤੈਨੂੰ ਮਿਲ ਪਵੇਗਾ ਆਪਣੇ ਮਨ ਦੀ ਮਰਜ਼ੀ ਤਿਆਗਦਿਆਂ ਸਾਰ ਉਹਦੇ ਦਰਸ਼ਨ ਹੋ ਜਾਣਗੇ ਬਸ ਜਿਵੇਂ ਉਹ ਕਰਤੇ ਪੁਰਖ ਦੇ ਨਿਯਮ ਵਿੱਚ ਸੰਸਾਰ ਚੱਲ ਰਿਹਾ ਤੂੰ ਵੀ ਉਹਦਾ ਹੁਕਮ ਮੰਨ ਕੇ ਤੁਰੀ ਚੱਲ ਪੈਰ ੜਾਉਣ ਦਾ ਯਤਨ ਨਾ ਕਰੀ ਫਿਰ ਤੈਨੂੰ ਉਹ ਚਲਦੀ ਹੋਈ ਇਸ ਰੋਮ ਵਿੱਚ ਆਪਣੇ ਆਪ ਦਿਸ ਪਵੇਗਾ ਮਨੁੱਖ ਪੈਰ ੜਾਉਣ ਦੇ ਯਤਨ ਕਰਦਾ ਇਹ ਚਾਹੁੰਦਾ ਦੇਖੋ ਬਚਪਨ ਆਇਆ ਉਨੂੰ ਤੂੰ ਪਿਆਰ ਨਾਲ ਮੰਨ ਕੇ ਤੁਰ ਪਏ ਹੁਣ ਜਵਾਨੀ ਆਈ ਹੈ ਹੁਣ ਇਹਦੇ ਵਿੱਚ ਪੈਰ ੜਾਉਣ ਦਾ ਯਤਨ ਨਾ ਕਰ ਬਚਪਨ ਗੁਜ਼ਰ ਗਿਆ ਹੈ ਜਵਾਨੀ ਗੁਜ਼ਰ ਜਾਏਗੀ ਬਸ ਮਨੁੱਖ ਇੱਥੇ ਇੱਕ ਰੁਕਾਵਟ ਖੜੀ ਕਰਦਾ ਹੈ ਇਹ ਜਵਾਨੀ ਵਿੱਚ ਰੁਕਣਾ ਚਾਹੁੰਦਾ ਹੈ ਬੁਢੇਪੇ ਤੋਂ ਪੈ ਖਾਂਦਾ ਫਿਰ ਅਨੇਕਾਂ ਉਹਦੇ ਯਤਨ ਕਰਦਾ ਹੈ ਟੋਨਿਕ ਹੋਰ ਕਈ ਚੀਜ਼ਾਂ ਇੱਥੋਂ ਤੱਕ ੱੱਕੇ ਨਾਲ ਚਿੱਟਿਆਂ ਨੂੰ ਕਾਲੇ ਕਰਕੇ ਵੀ ਰੁਕਣਾ ਚਾਹੁੰਦਾ ਹੈ ਮੈਂ ਰੁਕ ਜਾ ਕਰਤੇ ਪੁਰਖ ਵਿੱਚ ਤੇ ਆਤਮਾ ਵਿੱਚ ਇੱਕੋ ਹੀ ਖੜੋਤ ਪੈਦਾ ਹੁੰਦੀ ਇਹਨੂੰ ਕਹਿੰਦੇ ਨੇ ਦੁਬਦਾ ਔਰ ਕੱਲਾ ਸ਼ਰੀਰਕ ਬਲ ਜਾਂ ਸ਼ਰੀਰਕ ਦਿਖ ਕਰਕੇ ਨਹੀਂ ਕਈ ਹੋਰ ਚੀਜ਼ਾਂ ਕਰਕੇ ਮਨੁੱਖ ਰੁਕਣਾ ਚਾਹੁੰਦਾ ਮੇਰੇ ਕੋਲ ਮਾਇਆ ਹੈ ਇਹ ਹੁਣ ਰੁਕ ਜਾਏ ਖਰਚੀ ਨਾ ਜਾਏ ਕਦੇ ਸੋਚ ਕੇ ਵੇਖ ਇਹ ਕਿੱਥੋਂ ਚੱਲੀ ਹੋਈ ਹੈ ਤਾਂ ਤੇਰੇ ਕੋਲ ਆਈ ਹੈ ਤੂੰ ਘਰ ਵਿੱਚ ਇਹਨੂੰ ਨਹੀਂ ਬਣਾਇਆ ਇਹ ਪ੍ਰਾਪਰਟੀ ਇਹ ਜ਼ਮੀਨ ਤੂੰ ਨਹੀਂ ਬਣਾਈ ਕਿੱਥੋਂ ਤੁਰੀ ਹੋਈ ਐ ਅੱਜ ਇਹਦਾ ਮਾਲਕ ਤੂੰ ਬਣ ਗਿਆ ਇਹ ਸੱਜਣਾ ਯਾਦ ਰੱਖ ਕਿੱਥੋਂ ਤੁਰੀ ਹੋਈ ਚੀਜ਼ ਤੇਰੇ ਕੋਲ ਆਈ ਐ ਰੁਕੇਗੀ ਨਹੀਂ ਅੱਗੇ ਤੁਰਦੀ ਰਹੇਗੀ ਤੂੰ ਇਹਨੂੰ ਰੋਕਣ ਦਾ ਯਤਨ ਨਾ ਕਰ ਇਹੀ ਤੇਰੇ ਵਿੱਚ ਤੇ ਪਰਮਾਤਮਾ ਵਿੱਚ ਇੱਕ ਦੁਬਦਾ ਹੈ ਤੈਉਂ ਮਹਾਰਾਜ ਜੀ ਨੇ ਜਵਾਬ ਬੜਾ ਪਿਆਰਾ ਦਿੱਤਾ ਨਾ ਜਿੱਥੇ ਸਚਿਆਰ ਹੋਣ ਦੀ ਗੱਲ ਕੀਤੀ ਜਿੱਥੇ ਦੁਬਦਾ ਦੀ ਕੋੜ ਦੀ ਕੰਧ ਤੋੜਨ ਦੀ ਗੱਲ ਕਹੀ ਉੱਥੇ ਮਹਾਰਾਜ ਦਾ ਜਵਾਬ ਕੀ ਸੀ ਜਦੋਂ ਪੁੱਛਿਆ ਸਵਾਲ ਮਹਾਰਾਜ ਆਪ ਸਵਾਲ ਕਰਕੇ ਸਾਨੂੰ ਜਵਾਬ ਦਿੰਦੇ ਕਿਵਸ ਝਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਤੇ ਉਹਦਾ ਜਵਾਬ ਇੱਕੋ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹਦੇ ਹੁਕਮ ਦੀ ਰਜਾ ਵਿੱਚ ਤੁਰਪਾ ਜੋ ਨੇ ਤੇਰੇ ਨਾਲ ਲਿਖਿਆ ਵਸ ਉਹਦੇ ਨਾਲ-ਨਾਲ ਤੁਰੀ ਚੱਲ ਤੂੰ ਰੱਬ ਨੂੰ ਜਾ ਮਿਲੇਗਾ ਇਹ ਕੋਈ ਰੁਕਾਵਟ ਐ ਤੂੰ ਆਪਣੇ ਮਨ ਦੀ ਮਰਜ਼ੀ ਨਹੀਂ ਤਿਆਗਦਾ ਰੁਕਣਾ ਚਾਹੁੰਦਾ ਕਰਤੇ ਪੁਰਖ ਦੇ ਹੁਕਮ 'ਚ ਸਭ ਕੁਝ ਚੱਲ ਰਿਹਾ ਹੈ ਸਹਬ ਤੋਂ ਪੁੱਛੋ ਕਿਹੜੀ ਕਿਹੜੀ ਚੀਜ਼ ਚੱਲਦੀ ਹੈ ਮਹਾਰਾਜ ਕਹਿਣਗੇ ਦਿਨ ਰਵ ਚੱਲੇ ਨਿਸ ਸਸ ਚੱਲੇ ਤਾਰ ਕਾ ਲਖ ਪਲੋਏ ਦਿਨ ਚੱਲ ਰਿਹਾ ਰੁਕਦਾ ਕਦੇ ਨਹੀਂ ਰਾਤ ਚੱਲਦੀ ਹੈ ਰੁਕੀ ਕਦੇ ਕਦੇ ਵੀ ਨਹੀਂ ਰੁਕੇਗੀ ਤਾਰੇ ਚੱਲ ਰਹੇ ਨੇ ਸੂਰਜ ਚੱਲ ਰਿਹਾ ਹੈ ਚੰ드ਰਮਾ ਚੱਲ ਰਿਹਾ ਹੈ ਹਰ ਇੱਕ ਚੀਜ਼ ਦੀ ਉਮਰ ਹੈ ਆਪਣੇ ਆਪਣੇ ਸਮੇਂ ਤੇ ਉਹ ਪੂਰਾ ਗੇੜਾ ਦੇ ਰਹੇ ਨੇ ਕੋਈ ਵੀ ਚੀਜ਼ ਕਰਤੇ ਪੁਰਖ ਦੇ ਹੁਕਮ ਵਿੱਚ ਰੁਕਦੀ ਨਹੀਂ ਬਸ ਇੱਕੋ ਹੀ ਦੁਬਦੇ ਮਨੁੱਖ ਰੁਕਣ ਦਾ ਯਤਨ ਕਰਦਾ ਹੈ ਪਰਮਾਤਮਾ ਕਹਿੰਦਾ ਮੇਰੇ ਹੁਕਮ ਵਿੱਚ ਤੁਰੀ ਚੱਲ ਰੱਬ ਦੇ ਹੁਕਮ ਵਿੱਚ ਤੇ ਮਨੁੱਖ ਦੀ ਮਰਜ਼ੀ ਵਿੱਚ ਇੱਕ ਖੜੋਤ ਪੈਦਾ ਹੁੰਦੀ ਹੈ ਜਿਹਨੂੰ ਸੱਭ ਨੇ ਕਿਹਾ ਦੁਬਦਾ ਹੈ ਕੂੜ ਹੈ ਸਾਖਤ ਕੂੜੇ ਸੱਚ ਨਾ ਪਾਵੈ ਦੁਬਦਾ ਵੱਦਦਾ ਆਵੈ ਜਾਵੈ ਬਸ ਇਹਦੇ ਵਿੱਚ ਜ਼ਿੰਦਗੀ ਲੰਘ ਜਾਂਦੀ ਹੈ ਇਹੀ ਕਾਰਨ ਸਾਡੇ ਜਨਮ ਤੇ ਮਰਨ ਦਾ ਕਾਰਨ ਬਣਦਾ ਦਿਨ ਰਵ ਚੱਲੇ ਨਿਸਸਸ ਚੱਲੇ ਤਾਰਿਕਾ ਲੱਖ ਪਲੋਏ ਮਹਾਰਾਜ ਕੋਈ ਚੀਜ਼ ਰੁਕੀ ਵੀ ਹੋਈ ਹੈ ਕਹਿਣ ਲਗੇ ਮਕਾਮ ਉਹੀ ਇੱਕ ਹੈ ਨਾਨਕਾ ਸੱਚ ਬਗੋਏ ਇੱਕੋ ਚੀਜ਼ ਰੁਕੀ ਹੋਈ ਹੈ ਜਿਹਦਾ ਨਾਮ ਹੈ ਅਕਾਲ ਪੁਰਖ ਬਾਕੀ ਸਭ ਕੁਝ ਕਾਲ ਦੇ ਵਾਸ ਹੈ ਦੁਨੀਆ ਕਾਲ ਵਿੱਚ ਚੱਲਦੀ ਹੈ ਇੱਕ ਅਕਾਲ ਪੁਰਖ ਰੁਕਿਆ ਹੋਇਆ ਹੈ ਹੋਰ ਕੋਈ ਚੀਜ਼ ਨਹੀਂ ਰੁਕਦੀ ਉਹ ਸਦਾ ਹੀ ਟੱਲਦਾ ਬਾਬਾ ਬੁੱਢਾ ਸਾਹਿਬ ਜੀ ਨੇ 12 ਸਾਲ ਦੀ ਉਮਰ ਵਿੱਚ ਇਹੋ ਸਵਾਲ ਗੁਰੂ ਨਾਨਕ ਦੇ ਮਹਾਰਾਜ ਨੂੰ ਕੀਤਾ ਸੀ ਮੈਨੂੰ ਕਾਲ ਤੋਂ ਬੜਾ ਡਰ ਲੱਗਦਾ ਕਿਉਂਕਿ ਕਾਲ ਸਭ ਨੂੰ ਖਾ ਰਿਹਾ ਹੈ ਕਾਲ ਤੋਂ ਡਰ ਲੱਗਦਾ ਹੈ ਮੌਤ ਤੋਂ ਡਰ ਲੱਗਦਾ ਹੈ ਮਹਾਰਾਜ ਇਹ ਡਰ ਕਿਵੇਂ ਮਿਟੇ ਤੇ ਸੱਚੇ ਪਾਤਸ਼ਾਹ ਨੇ ਕੋ ਗੱਲ ਕਹੀ ਸੀ ਬੂੜਿਆ ਕਾਲ ਦਾ ਡਰ ਖਤਮ ਹੋ ਜਾਏਗਾ ਬਸ ਕਾਲ ਦੇ ਨਾਲ ਤੁਰਪਾ ਜਿਹੜੇ ਬੰਦੇ ਕਾਲ ਵਿੱਚ ਰੁਕਾਵਟ ਬਣਦੇ ਨੇ ਉਹਨਾਂ ਨੂੰ ਕਾਲ ਤੋਂ ਡਰ ਲੱਗਦਾ ਹੈ ਦੁਨੀਆ ਦਾ ਇੱਕ ਨਿਯਮ ਹੈ ਜਿਹੜੀ ਚੀਜ਼ ਨੂੰ ਤੁਸੀਂ ਜਿੰਨਾ ਭਜੋਗੇ ਉੰਨੀ ਉਹ ਤੁਹਾਡੇ ਮਗਰ ਦੌੜੇਗੀ ਜਿਹੜੀ ਚੀਜ਼ ਨੂੰ ਛੱਡ ਕੇ ਜਿੰਨਾ ਤਿਆਗ ਕਰੋਗੇ ਉੰਨੀ ਉਹ ਤੁਹਾਡੇ ਮਗਰ ਹੋਰ ਤੇਜ਼ੀ ਨਾਲ ਦੌੜੇਗੀ ਦੁਨੀਆ ਕਾਲ ਤੋਂ ਮੌਤ ਤੋਂ ਸਮੇਂ ਤੋਂ ਡਰ ਰਹੀ ਹੈ ਪਰ ਸਮਾਂ ਉੰਨੀ ਤੇਜ਼ੀ ਨਾਲ ਬੰਦੇ ਦਾ ਪਿੱਛਾ ਕਰਦਾ ਹੈ ਸਾਬ ਨੇ ਕੋ ਗੱਲ ਕਹੀ ਬੋੜਿਆ ਕਾਲ ਦਾ ਡਰ ਮਿਟ ਜਾਏਗਾ ਕਾਲ ਨੂੰ ਹੱਸ ਕੇ ਪਰਵਾਨ ਕਰ ਉਹ ਇੱਕ ਨਾ ਇੱਕ ਦਿਨ ਆਕੇ ਰਹੇਗਾ ਹਾਂ ਉਹਦਾ ਭੈ ਮਿਟ ਜਾਏ ਤੇ ਕਾਲ ਤੋਂ ਡਰ ਮਟਾਉਣ ਵਾਸਤੇ ਕਾਲ ਨਾਲ ਮਿੱਤਰਤਾ ਪਾਉਣ ਵਾਸਤੇ ਕਾਲ ਦੇ ਨਾਲ ਨਾਲ ਤੁਰਨ ਵਾਸਤੇ ਇੱਕ ਚੀਜ਼ ਚਾਹੀਦੀ ਐ ਉਹ ਐ ਅਕਾਲ ਪੁਰਖ ਫਿਰ ਭੈ ਕਾਲ ਕਰਕੇ ਆਉਂਦਾ ਐ ਅਕਾਲ ਪੁਰਖ ਕਰਕੇ ਬੰਦਾ ਨਿਰਪਉ ਹੁੰਦਾ ਓਦੋਂ ਮਹਾਰਾਜ ਨੇ ਜਪਾਇਆ ਸੀ ਬੂੜਿਆ ਰੋਜ਼ ਜੱਪੀ ਇੱਕ ਓ ੰਕਾਰ ਸਤਿਨਾਮ ਕਰਤਾ ਪੁਰਖ ਨਿਰ ਨਿਰਵੈਰ ਅਕਾਲ ਮੂਰਤ ਆਜੁਨੀ ਸੇ ਪੰ ਗੁਰ ਪ੍ਰਸਾਦ ਉਚਾਇਆ ਅਕਾਲ ਪੁਰਖ ਰੋਜ਼ ਜਪੀ ਅਕਾਲ ਪੁਰਖ ਤੂੰ ਕਾਲ ਦੇ ਨਾਲ ਨਾਲ ਤੁਰ ਪੈਗਾ ਕਾਲ ਦੇ ਅੱਗੇ ਰੁਕਣੋਂ हट ਜਾਏਗਾ ਫਿਰ ਬੂੜਿਆ ਜਿਹੜੇ ਕਾਲ ਨਾਲ ਤੁਰ ਪੈਂਦੇ ਨੇ ਅਕਾਲ ਪੁਰਖ ਨਾਲ ਸਾਝ ਬਣਾ ਕੇ ਤੁਰਦੇ ਨੇ ਉਹਨਾਂ ਨੂੰ ਕਾਲ ਤੋਂ ਡਰ ਨਹੀਂ ਲੱਗਦਾ ਇਹੋ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਹੀ ਨਾ ਕਿ ਇਸ ਸੰਸਾਰ ਦੇ ਅੰਦਰ ਤੈਨੂੰ ਡਰ ਤਾਂ ਤਾਂ ਲੱਗੇ ਜੇ ਕੋਈ ਅਨ ਹੋਣੀ ਹੋਣ ਵਾਲੀ ਹੋਵੇ ਇਹ ਤੇ ਹੋਣੀ ਹੈ ਕਰਤੇ ਪੁਰਖ ਦਾ ਬਣਾਇਆ ਨਿਯਮ ਹੈ ਸਭ ਕੁਝ ਹੋ ਰਿਹਾ ਉਹਦੇ ਹੁਕਮ ਵਿੱਚ ਹੋ ਰਿਹਾ ਔਰ ਰੁਕੇਗਾ ਨਹੀਂ ਕਰਤੇ ਪੁਰਖ ਦੇ ਨਿਯਮ ਵਿੱਚ ਤੁਰਦਾ ਰਹੇਗਾ ਇਸ ਲਈ ਚਿੰਤਾ ਨਾ ਕਰ ਉਹਦਾ ਚਿੰਤਨ ਕਰਕੇ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਚਿੰਤਾ ਤਾਂ ਕੀ ਕੀਜੀਏ ਜੋ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਥਿਰ ਦਾ ਅਰਥ ਰੁਕਣਾ ਥਿਰ ਨਹੀਂ ਹੈ ਕੋਈ ਚੀਜ਼ ਸਭ ਕੁਝ ਅਸਥਿਰ ਤੁਰਿਆ ਜਾ ਰਿਹਾ ਤੂੰ ਉਹਦੇ ਨਾਲ-ਨਾਲ ਤੁਰ ਤੇ ਉਹਦਾ ਨਾਮ ਜਪ ਇੱਕ ਤਾਂ ਹਜ਼ੂਰ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ ਜਿੱਥੇ ਕਿਹਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਉਹ ਪੂਰਨ ਹੈ ਪਾਰ ਬ੍ਰਹਮ ਹੈ ਪਰਮੇਸ਼ਰ ਹੈ ਜੇ ਤੂੰ ਚਾਹੁੰਨੇ ਤੇਰੀ ਤੇ ਉਹਦੀ ਬਣੀ ਰਵੇ ਜੇ ਤੂੰ ਚਾਹੁੰਨੇ ਤੇਰਾ ਜਨਮ ਮਰਨ ਮਿਟ ਜਾਏ ਜੇ ਤੂੰ ਚਾਹੁੰਨੇ ਤੈਨੂੰ ਬਾਰ ਬਾਰ ਦੁਬਦਾ ਬਦਦਾ ਆਵੇ ਜਾਵੇ ਵਿਦ ਚੱਕਰ ਤੋਂ ਮੁਕਤ ਹੋ ਜਾਏ ਫਿਰ ਇੱਕ ਕੰਮ ਕਰ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਨੂੰ ਕਹਿੰਦੇ ਮਨ ਤਾਂ ਕੀ ਓਟ ਗਹੀ ਜੈ ਰੇ ਜਿਨ ਤਾਰੇ ਬ੍ਰਹਿਮੰਡ ਖੰਡ ਹਰਤਾ ਕੋ ਨਾਮ ਜਪੀਜੈ ਰੇ ਅੱਗੇ ਸਹਿਬ ਨੇ ਕਿਹਾ ਮਨ ਕੀ ਮਤ ਤਿਆਗੋ ਹਰ ਜਨ ਆਹੀ ਰੁਕਾਵਟ ਤੂੰ ਮਨ ਦੀ ਮਰਜ਼ੀ ਨਾਲ ਮੋਹ ਵਿੱਚ ਡੁੱਬਿਆ ਰੁਕਣਾ ਚਾਹੁੰਦਾ ਮਨ ਦੀ ਮਰਜ਼ੀ ਕਰਕੇ ਤੇਰਾ ਮਨ ਮੋਹ ਵਿੱਚ ਟਿਕ ਗਿਆ ਤੂੰ ਚਾਹੁੰਦਾ ਕੁਝ ਆਗਿਆ ਹੁਣ ਗਵਾਚੇ ਨਾ ਪੁੱਤਰ ਧੀਆ ਮਿਲ ਗਏ ਹੁਣ ਬਸ ਕਿਤੇ ਮਰ ਨਾ ਜਾਣ ਘਰ ਮਿਲਿਆ ਖੁਸ਼ ਨਾ ਜਾਏ ਪੈਸਾ ਆਏ ਚਲਾ ਨਾ ਜਾਏ ਇਹੀ ਇੱਕ ਦੁੱਬ ਦੇ ਕਿ ਕਿੱਤੋਂ ਚੱਲ ਕੇ ਆਏ ਨੇ ਤੇਰੇ ਕੋਲ ਸਦਾ ਰੁਕਣ ਵਾਲੇ ਨਹੀਂ ਬਸ ਹੁਕਮ ਮੰਨ ਕੇ ਤੁਰ ਫਿਰ ਜਿੰਨਾ ਚਿਰ ਤੇਰੇ ਕੋਲੇ ਚੀਜ਼ਾਂ ਪਦਾਰਥ ਰਹਿਣਗੇ ਤੈਨੂੰ ਪਰਮਾਤਮਾ ਚਿੱਤੇ ਆਉਂਦਾ ਰਹੇ ਇਹਨਾਂ ਚੀਜ਼ਾਂ ਨਾਲ ਮੋਹ ਨਹੀਂ ਜਾਗੇਗਾ ਦਾਦੇ ਦੀਆਂ ਦਾਤਾਂ ਵਿੱਚ ਤੈਨੂੰ ਦਾਤਾ ਚਿੱਤੇ ਆਉਂਦਾ ਰਹੇਗਾ ਵਾਹਿਗੁਰੂ ਇਹੀ ਜੀਵਨ ਸਫਲ ਕਰਨ ਦਾ ਤਰੀਕਾ ਉਥੇ ਸਹਿਬ ਕਹਿੰਦੇ ਮਨ ਕੀਮਤ ਤਿਆਗੋ ਹਰ ਜਨ ਤੇ ਕਰਨਾ ਕੀ ਕਹਿੰਦੇ ਹੁਕਮ ਬੂਝ ਸੁਖ ਪਾਈਐ ਰੇ ਉਹਦਾ ਹੁਕਮ ਬੁਝ ਤੇ ਸੁਖ ਮਿਲੇਗਾ ਮਨ ਕੀਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਤੇ ਉਹਦਾ ਨਾਮ ਜਪਿਆ ਕਰ ਉਹਨੂੰ ਪਤਾ ਕਦੋਂ ਤੇ ਹੋਣੇ ਸਹਿਬ ਕਹਿੰਦੇ ਸੁਖ ਦੁਖ ਉਹੀ ਤੇ ਆਈ ਐ ਰੇ 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 ਦੁੱਖ ਦੁੱਖ ਉਹੀ ਤਿਆਈਐ ਰੇ ਮਨ ਕੀ ਮਤ ਤਿਆਗੋ ਹਰ ਜਨ 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 ਹੁਕਮ ਬੋਜ ਸੁਖ ਪਾਈਐ ਰੇ

ਹੁਕਮ ਬੋਜ ਸੁਖ ਪਾਈਐ ਰੇ ਕਿਉਂਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਉਹਦੇ ਹੁਕਮ ਤੋਂ ਬਾਹਰ ਤੂੰ ਜਾ ਨਹੀਂ ਸਕਦਾ ਲੱਖ ਯਤਨ ਕਰੇਗਾ ਉੰਨੀ ਚਿੰਤਾ ਵਧੇਗੀ ਉਹਨੇ ਦੁੱਖ ਵਧਣਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਅੱਜ ਸਮਝਾਉਂਦੇ ਸਾਖਤ ਕਿਉਂ ਦੁਖੀ ਹੈ ਉਹਦੇ ਤੇ ਪਰਮਾਤਮਾ ਦੇ ਵਿਚਾਰ ਕੂੜ ਆ ਗਿਆ ਹੈ ਸਾਖਤ ਦਾ ਕਿਉਂ ਜਨਮ ਮਰਨ ਹੈ ਉਦੇ ਤੇ ਪਰਮਾਤਮਾ ਦੇ ਵਿਚਾਰ ਦੁਬਦਾ ਆ ਗਈ ਦੁਬਦਾ ਵੱਦਦਾ ਆਵੇ ਜਾਵੇ ਵਸੋ ਦੁਬਦਾ ਪੈਦਾ ਹੋ ਗਈ ਕਿ ਕੁਝ ਰੁਕ ਜਾ ਮੇਰਾ ਹੈ ਮੈਂ ਕਮਾਇਆ ਇਹ ਦੁਬਦਾ ਪੈਦਾ ਹੋ ਗਈ ਅਸਲ ਵਿੱਚ ਇਹਦਾ ਹੈ ਕੁਝ ਨਹੀਂ ਸੀ ਇਹੀ ਕਾਰਨ ਜਨਮ ਤੇ ਮਰਨ ਦਾ ਕਾਰਨ ਬਣਦਾ ਹੈ